ਉਸਦੀ ਤੇਜ਼ ਬੁੱਧੀ ਦਾ ਹੀ ਪਰਮਾਨ ਹੈ ਜੋ ਬੋਲੀ ਦਾ ਜਨਮ ਹੋਇਆ ਠੀਕੇ ਉਹਨੇ ਜਦੋਂ ਆਪਣੀ ਬੁੱਧੀ ਨੂੰ ਯੂਜ਼ ਕੀਤਾ ਠੀਕੇ ਉਹਨਾਂ ਦਾ ਇਸਤੇਮਾਲ ਕੀਤਾ ਤਾਂ ਉਹਦੇ ਨਾਲ ਕੀ ਹੋ ਗਿਆ ਬੋਲੀ ਦਾ ਜਨਮ ਹੋਇਆ ਬੋਲੀ ਦਾ ਇਹ ਰੂਪ ਵਿਕਾਸ ਕਰਦਾ ਅੱਜ ਤੱਕ ਪਹੁੰਚਿਆ ਇਹ ਬੋਲੀ ਹੀ ਹੈ ਜਿਸse ਸਾਰੇ ਸੀ ਜ਼ਿੰਦਗੀ ਜੀ ਰਹੇ ਆ ਠੀਕ ਹੈ ਉਦੋਂ ਮਨੁੱਖ ਨੇ ਆਪਣੀ ਬੁੱਧੀ ਨੂੰ ਯੂਜ਼ ਕੀਤਾ ਇੱਕ ਨਵੀਂ ਭਾਸ਼ਾ ਦਾ ਜਨਮ ਹੋਇਆ ਤੇ ਉਹਨਦੇ ਸਾਰੇ ਅੱਜ ਜਿਹੜੀ ਸਾਡੀ ਜ਼ਿੰਦਗੀ ਹੈ ਸਾਡਾ ਜੀਵਨ ਜਿਹੜਾ ਹੈ ਚੱਲ ਰਿਹਾ ਠੀਕ ਹੈ ਆ ਦੇਖੋ ਰਜ ਬਟਾ نیچے ਪਿਕਚਰਸ ਬਣੀ ਹੋਈਆਂ ਨਾ ਆ ਕਿੜਾ ਆਦਿ ਮਨੁੱਖ ਠੀਕ ਹੈ ਜਦੋਂ ਮਤਲਬ ਸਭ ਤੋਂ ਪਹਿਲਾਂ ਜਿਹੜਾ ਮਨੁੱਖ ਦੁਨੀਆ ਤੇ ਆਇਆ ਸੀ ਠੀਕ ਹੈ ਫਿਰ ਉਸ ਬਾਅਦ ਅੱਜ ਦਾ ਮਨੁੱਖ ਕਿ ਪਹਿਲਾਂ ਦੇ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਕਿੰਨਾ ਬਦਲਾਅ ਹੋਇਆ ਹੈ ਕਿ ਫਿਰ ਉਸ ਬਾਦ ਪਾਸ਼ਾ ਦਾ ਅਜੋਕਾ ਰੂਪ ਠੀਕੇ ਅਜੋਕਾ ਮੀਨਜ਼ ਅਜ ਦਾ ਰੂਪ ਅਜ ਦੇ ਰੂਪ ਵਿੱਚ ਪਾਸ਼ਾ ਦਾ ਜਿਹੜਾ ਰੂਪ ਹੈਗਾ ਬੋਲੀ ਦੇ ਜਨਮ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ ਪਰ ਇਨਾਂ ਮਤਾਂ ਵਿੱਚੋਂ ਕੋਈ ਵੀ ਇੱਕ ਮਤ ਬੋਲੀ ਦੇ ਜਨਮ ਬਾਰੇ ਸੰਪੂਰਨ ਜਾਣਕਾਰੀ ਨਹੀਂ ਦਿੰਦਾ ਕਈ ਲੋਕ ਆਪਣੀ ਬੋਲੀ ਨੂੰ ਰੱਬ ਹੀ ਦੇਣ ਸਮਝਦੇ ਹਨ ਪਰ ਇਹ ਠੀਕ ਨਹੀਂ ਕਿਉਂਕਿ ਜੇ ਅਜੀਹਾ ਹੁੰਦਾ ਤਾਂ ਬੱਚਾ ਜਨਮ ਲੈੰਦੇ ਹੀ ਬੋਲੀ ਦੀ ਵਰਤੋਂ ਕਰਨ ਲੱਗ ਪੈਂਦਾ ਠੀਕ ਹੈ ਮਤਲਬ ਬੋਲੀ ਦੇ ਜਨਮ ਬਾਰੇ ਹਰੇਕ ਮਤਲਬ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਆਪਣੇ ਵਿਚਾਰ ਦਿੱਤੇ ਨੇ ਪਰ ਕਿਸੇ ਇੱਕ ਦਾ ਵੀ ਵਿਚਾਰ ਸਹੀ ਨਹੀਂ ਹੈਗਾ ਠੀਕ ਹੈ ਕਿਉਂਕਿ ਕਿਸੇ ਵੀ ਇੱਕ ਵਿਦਵਾਨ ਦਾ ਜਿਹੜਾ ਮਤਲਬ ਵਿਚਾਰ ਹੈ ਉਹ ਸਹੀ ਜਾਣਕਾਰੀ ਨਹੀਂ ਦਿੰਦਾ ਠੀਕ ਹੈ ਕਈ ਲੋਕ ਜਿਹੜੇ ਆਪਦੀ ਬੋਲੀ ਨੂੰ ਰੱਬੀ ਦੀਨ ਸਮਝਦੇ ਨੇ ਰੱਬੀ ਮਤਲਬ ਪਰਮਾਤਮਾ ਵੱਲੋਂ ਬਣਾਈ ਗਈ ਹੈ ਠੀਕ ਹੈ ਪਰ ਜੇ ਐਵੇਂ ਹੁੰਦਾ ਕਿ ਕਿਤਬ ਜਦੋਂ ਬੱਚੇ ਦਾ ਜਨਮ ਹੁੰਦਾ ਸੀ ਬੱਚੇ ਨੇ ਜਨਮ ਲੈਂਦਿਆਂ ਸਾਰੀ ਬੋਲਣ ਲੱਗ ਜਾਂਦਾ ਸੀ ਹੁਣ ਤਾਂ ਬੱਚੇ ਨੂੰ ਬੋਲਣ ਤੇ ਕਿੰਨਾ ਟਾਈਮ ਲੱਗਦਾ ਹੈ ਠੀਕ ਹੈ ਕਈ ਵਿਦਵਾਨਾਂ ਦਾ ਮਤ ਹੈ ਕਿ ਜਾਨਵਰਾਂ ਤੇ ਕੁਦਰਤੀ ਵਸਤੂਆਂ ਦੀਆਂ ਆਵਾਜ਼ਾਂ ਦੀ ਨਕਲ ਕਰਨ ਤੇ ਬੋਲੇ ਹੁੰਦੇ ਵਿੱਚ ਆਏ ਠੀਕ ਹੈ ਇਨ੍ਹਾਂ ਵਿਦਵਾਨਾਂ ਅਨੁਸਾਰ ਕਾਂ ਕ ਕਰਨ ਵਾਲਾ ਕਾਂ ਤੇ ਕੁੜ ਕੁੜ ਕਰਨ ਵਾਲਾ ਕੁੱਕੜ ਮਤਲਬ ਕਈ ਲੋਗੇ ਕਹਿੰਦੇ ਨੇ ਕਿ ਜਾਨਵਰਾ ਕਰਨ ਕੇ ਜਿਹੜੀ ਬੋਲੀ ਹੁੰਦੇ ਵਿੱਚ ਹੈ ਇਸ ਕਰਕੇ ਹਰੇਕ ਪਰਸੰਦੇ ਉਹ ਹਰੇਕ ਜਾਨਵਰ ਦੀ ਪੰਛੀ ਦੀ ਆਵਾਜ਼ ਜਿਹੜੀ ਹੈ ਅਲੱਗੀ ਹੈ ਇਹ ਸਿਧਾਂਤ ਵੀ ਠੀਕ ਨਹੀਂ ਲੱਗਦਾ ਅੰਤ ਅਸੀਂ ਇਹ ਕਹਿ ਸਕਦੇ ਹਾਂ ਕਿ ਬੋਲੀ ਦੇ ਜਨਮ ਦਾ ਆਧਾਰ ਕੋਈ ਇੱਕ ਮਤ ਨਹੀਂ ਬਲਕਿ ਕਈ ਮਤਾਂ ਨੇ ਮਿਲ ਕੇ ਬੋਲੀ ਦੇ ਜਨਮ ਵਿੱਚ ਇਸਤਾ ਪਾਇਆ ਠੀਕ ਹੈ ਅਲੱਗ-ਅਲੱਗ ਵਿਦਵਾਨਾਂ ਨੇ ਆਪਦੇ ਵਿਚਾਰ ਤਾਂ ਦਿੱਤੇ ਨੇ ਬਟ ਅੰਤ ਤੇ ਅਸੀਂ ਕੀ ਕਹਿ ਸਕਦੇ ਹਾਂ ਕਿ ਕੋਈ ਇਹਨਾਂ ਵਿੱਚ ਕੋਈ ਵੀ ਸਿਧਾਂਤ ਜਿਹੜਾ ਠੀਕ ਨਹੀਂ ਲੱਗਦਾ ਇਸ ਕਰਕੇ ਅਸੀਂ ਇਹ ਕਹਿ ਸਕਦੇ ਕਿ ਅਲੱਗ-ਅਲੱਗ ਵਿਦਵਾਨਾਂ ਨੇ ਬੋਲੀ ਦੇ ਵਿਕਾਸ ਵਿੱਚ ਆਪਦਾ ਜਿਹੜਾ ਇਹ ਯੋਗਦਾਨ ਪਾਇਆ ਹੈ ਤੇ ਜਿੰਨੇ ਨਾਲ ਜਿਹੜਾ ਬੋਲੀ ਦਾ ਜਨਮ ਹੋਇਆ ਅੱਗੇ ਬੋਲੀ ਦੀ ਪਰਿਭਾਸ਼ਾ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਭਾਵ ਦੂਸਰਾ ਤੱਕ ਲਿਖ ਕੇ ਜਾਂ ਬੋਲ ਕੇ ਪਹੁੰਚਾਉਂਦਾ ਹੈ ਠੀਕ ਹੈ ਮਤਲਬ ਬੋਲੀ ਇੱਕ ਸਾਡਾ ਇੱਕ ਐਵੇਂ ਦਾ ਸਾਧਨ ਹੈ ਜਿੰਦੇ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਆਪਣੇ ਵਿਚਾਰ ਬੋਲ ਕੇ ਜਾਂ ਲਿਖ ਕੇ ਦੂਜਿਆਂ ਤੱਕ ਪਹੁੰਚਾਉਂਦੀਆਂ ਅੱਗੇ ਬੋਲੀ ਦੀਆਂ ਕਿਸਮਾਂ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਬੋਲਚਾਲ ਦੀ ਬੋਲੀ ਤੇ ਲਿਖਤੀ ਬੋਲੀ ਬੋਲਚਾਲ ਦੀ ਬੋਲੀ ਉਹ ਹੁੰਦੀ ਹੈ ਬੋਲਚਾਲ ਦੀ ਬੋਲੀ ਮੂੰਹ ਬੋਲ ਕੇ ਕਿਸ ਤਰ੍ਹਾਂ ਗੱਲਬਾਤ ਕਰਨ ਸਮੇ ਵਰਤੀ ਜਾਂਦੀ ਠੀਕ ਹੈ ਜਦੋਂ ਅਸੀਂ ਆਪਣੇ ਮਨ ਦੇ ਭਾਵ ਆਪਣੇ ਵਿਚਾਰ ਕਿਸੇ ਤੱਕ ਬੋਲ ਕਿਸੇ ਨੂੰ ਬੋਲ ਕੇ ਦੱਸਦੇ ਹਾਂ ਠੀਕ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਬੋਲਚਾਲ ਦੀ ਬੋਲੀ ਆਮ ਬੋਲਚਾਲ ਦੀ ਬੋਲੀ ਹੁੰਦੀ ਹੈ बोलचाल दी बोली ऑन करके ए बोती शुद्ध नहीं हुंदी इस ते वख वख इलाकਿਆਂ दी भाषा दे शब्दਾਂ ਦਾ ਵੇਸ ਰਹੁੰਦੇ ਠੀਕੇ बोलचाल दी बोली जेडी पूरी शुद्ध ਨਹੀਂ ਹੁੰਦੀ ਕਿਉਂਕਿ ਸੀ ਬੋਲਣ ਲੱਗਾ ਕਿਵਰੀ ਗਲਤ ਵੀ ਬੋਲ ਜੰਨੇ ਆ ਤੇ ਅਲੱਗ ਅਲੱਗ ਇਲਾਕਿਆਂ ਦੀ ਜਿਹੜੀ ਬੋਲਚਾਲ ਦੀ ਬੋਲੀ ਉਹ ਵੀ ਅਲੱਗ ਹੁੰਦੀ ਹੈ ਲਿਖਤੀ ਜਾਂ ਸਾਹਿਤਿਕ ਬੋਲੀ ਜਿਹੜੀ ਗੱਲਬਾਤ ਅਸੀਂ ਕਿਸੇ ਨੇ ਲਿਖ ਕੇ ਕਰਦੇ ਹਾਂ ਉਲ ਲਿਖਤੀ ਜਾਂ ਸਾਇਤਿਕ ਬੋਲੀ ਹੁੰਦੀ ਹੈ ਠੀਕ ਹੈ ਜਦੋਂ ਅਸੀਂ ਲਿਖ ਕੇ ਕਿਸੇ ਨੂੰ ਆਪਣੇ ਮਨ ਦੇ ਭਾਵ ਦੱਸਦੇ ਆਪਣੇ ਵਿਚਾਰ ਦੱਸਦਾ ਲਾਈਕ ਜਿਵੇਂ ਅਸੀਂ ਚਿੱਠੀ ਲਿਖਦੇ ਆ ਠੀਕ ਹੈ ਪੱਤਰ ਲਿਖਣਾ ਅੱਜ ਕੱਲ ਫੋਨ ਯੂਜ਼ ਕਰਦੇ ਹਾਂ ਦੇ ਜੋ WhatsApp Facebook ਇਹ ਸਾਰਾ ਕੀਏ ਲਿਖਤੀ ਬੋਲੀ ਦੇ ਐਗਜ਼ਾਮਪਲ ਹੈ ਇਹ ਕਾਫੀ ਸ਼ੁੱਧ ਹੁੰਦੇ ਤੇ ਵਿਆਕਰਣੇ ਕਿਨਾ ਵਿੱਚ ਬੱਜੀ ਹੁੰਦੇ ਲੇਖਕ ਅਤੇ ਸਾਇਦਕਰ ਆਪਣੇ ਰਚਨਾਵਾ ਵਿੱਚ ਵੀ ਇਸ ਰਚਨਾਵਾ ਵਿੱਚੇ ਭਾਸ਼ਾ ਵਿੱਚ ਲਿਖਦੇ ਨੇ ਠੀਕ ਹੈ ਜਿਹੜੀ ਲਿਖਤੀ ਬੋਲੀ ਉਹ ਮਤਲਬ ਸ਼ੁੱਧ ਹੁੰਦੀ ਹੈ ਤੇ ਮਤਲਬ ਪੂਰੇ ਨੀਮਾ ਵਿੱਚ ਲਿਖੀ ਹੁੰਦੀ ਹੈ ਠੀਕ ਹੈ ਅੱਗੇ ਉਪਾਸ਼ਾ ਬੋਲੀ ਬੋਲੀ ਹਰ ਬਾਰਾ